ਸੋ ਆਹ ਹਾਲਾਤ ਤੁਸੀਂ ਵੇਖ ਸਕਦੇ ਜੇ ਸਵੇਰੇ ਸਵੇਰ ਦਾ ਟਾਈਮ ਆ 7:30 ਵਜੇ ਦਾ, 7 ਵਜੇ ਦਾ ਜੰਡਿਆਲਾ ਗੁਰੂ ਦੇ ਹਾਲਾਤ ਵੇਖ ਲਓ ਇੱਥੇ ਨਸ਼ੇੜੀਆਂ ਦੇ ਅਤੇ ਅਮਲੀਆਂ ਦੇ। ਆ ਸਵੇਰੇ ਸਵੇਰ ਜੋਤੀ ਸਰ ਕਲੋਨੀ ਦੇ ਵਿੱਚ ਲੋਕਾਂ ਨੇ ਹਿੰਮਤ ਕਰਕੇ ਤਗੜੇ ਹੋ ਕੇ ਇਹਨੂੰ ਫੜਿਆ ਵਾ, ਆ ਤਾਰਾਂ ਵੱਢ ਕੇ ਲੈ ਗਿਆ ਵਾ ਜਰਨੇਟਰ ਦੀਆਂ। ਇਹ ਤੁਹਾਨੂੰ ਦੱਸ ਦਿੰਦੇ ਹਾਂ ਵੀ ਤਾਰਾਂ ਵਾ ਜਰਨੇਟਰ ਦੀਆਂ, ਇਹ ਪਤਾ ਨਹੀਂ ਵੀ ਹੁਣ ਕਿਸੇ ਹਸਪੀਟਲ ਦੇ ਬਾਹਰ ਜਰਨੇਟਰ ਤੋਂ ਵੱਢ ਕੇ ਲਿਆਇਆ ਵਾ, ਅਤੇ ਨਾਲ ਆ ਸਰੀਆ ਅਤੇ ਪੈਪ। ਆ ਸਰੀਆ ਲਗਭਗ ਮੇਰੇ ਹਿਸਾਬ ਨਾਲ 20 ਫੁੱਟ ਤੋਂ ਉੱਤੇ ਹੋਣਾ, ਨਾਲ ਪੈਪ ਆ, ਔਰ ਇੱਕ ਇਹਦੀ ਜੇਬ ਦੇ ਵਿੱਚੋਂ ਨਿਕਲਿਆ ਵਾ ਪਰਸ, ਉਹਦੇ ਵਿੱਚ ਆਧਾਰ ਕਾਰਡ ਆ, ਆ 2 ਆਧਾਰ ਕਾਰਡ ਆ, ਇਹ ਵੀ ਇਹਦੇ ਨਹੀਂ ਗੇ, ਇਹ ਵੀ ਕਿਸੇ ਦੇ ਹੀ ਆ, ਇਹ ਵੀ ਕਿਸੇ ਦਾ ਪਰਸ ਇਹਨੇ ਚੋਰੀ ਕੀਤਾ ਵਾ, ਇਹ ਆਧਾਰ ਕਾਰਡ ਆ। ਸੋ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਅਤੇ ਨਾਲ ਦੀ ਨਾਲ ਹੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਵਾ ਕੋਈ ਜਿਹਦਾ ਆਧਾਰ ਕਾਰਡ ਆ, ਇਹ ਪਰਸ ਵੀ ਇਹਨੇ ਕਿਸੇ ਦਾ ਮਾਰਿਆ ਵਾ। ਸੋ ਬੇਨਤੀ ਕਰਦੇ ਹਾਂ ਅਸੀਂ ਪ੍ਰਸ਼ਾਸਨ ਦੇ ਅੱਗੇ ਅਤੇ ਸਰਕਾਰ ਦੇ ਅੱਗੇ ਵੀ ਇਹ ਲੋਕਾਂ ਦੀਆਂ ਨੀਂਦਾਂ ਜਿਹੜੀਆਂ ਵਾ ਇਹ ਕਿਉਂ ਡਾਈਆਂ ਨੇ, ਲੋਕਾਂ ਦੇ ਕੋਲੋਂ ਕਿਹੜਾ ਇਹ ਕਸੂਰ ਹੋ ਗਿਆ ਵਾ ਜਿਹੜਾ ਇਹ ਆਏ ਦਿਨ ਹੀ ਇੱਥੇ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਣ ਡਈਆਂ ਵਾ। ਇਹ ਜੋਤੀ ਸਰ ਕਲੋਨੀ ਦਾ ਵਾ ਇਹ ਹਾਲ ਜਿਹੜਾ ਵਾ, ਅਤੇ ਹੈ ਇਹ ਸਾਰੇ ਅਮਲੀ ਅਤੇ ਨਸ਼ੇੜੀ ਆ। ਚੰਗਾ ਭਲਾ ਬੰਦਾ ਜਿਹੜਾ ਵਾ ਉਹ ਤਾਂ ਆਪਣੀ ਕਿਰਤ ਕਰਦਾ, ਕਮਾਈ ਕਰਦਾ ਅਤੇ ਰੋਜੀ ਰੋਟੀ ਖਾਂਦਾ ਵਾ, ਇਹਨਾਂ ਨੇ ਮੂੰਹ ਤਾਂ ਕਰੋ ਬੂਥਾ, ਮੈਂ ਆਉਣ ਲੱਗੀ ਮਗਰੋਂ। ਸੋ ਇਹ ਨਸ਼ੇੜੀਆਂ ਦਾ ਵੇਖੋ ਜੇ ਨਸ਼ਾ ਵਾ ਅਤੇ ਨਸ਼ੇ ਦੇ ਨਾਲ ਹੀ ਇਹ ਲੁੱਟਾਂ ਖੋਹਾਂ ਅਤੇ ਵਾਰਦਾਤਾਂ ਵਾ, ਅਤੇ ਲੋਕਾਂ ਦੀ ਜਾਨ ਨੂੰ ਜਿਹੜਾ ਵਾ ਇਹ ਖਤਰਾ ਬਣਿਆ ਵਾ। ਇਸ ਵੇਲੇ ਪੰਜਾਬ ਦੇ ਜਿਹੜੇ ਆ ਇਹ ਹਾਲਾਤ ਨੇ, ਆ ਬਦਲਾਅ ਆ, ਆ ਨਾ ਪ੍ਰਸ਼ਾਸਨ ਕਿਸੇ ਜੋਗਾ ਵਾ ਅਤੇ ਨਾ ਹੀ ਸਰਕਾਰ, ਇਹ ਸੁੱਤੇ ਨੇ ਦੋਵੇਂ ਹੀ। ਸੋ ਇਸ ਵੇਲੇ ਇਹਨੂੰ ਲੱਗੇ ਆ ਜੀ ਥਾਣੇ ਫੜਾਉਣ। ਬਾਕੀ ਬੇਨਤੀ ਕਰਦੇ ਵਾਰ ਵਾਰ ਪ੍ਰਸ਼ਾਸਨ ਅੱਗੇ ਅਤੇ ਸਰਕਾਰ ਅੱਗੇ ਕਿ ਜੰਡਿਆਲਾ ਅਤੇ ਨਾਲ ਦੀ ਨਾਲ ਜੰਡਿਆਲੇ ਦੇ ਜਿਹੜਾ ਪੰਜਾਬ ਆ ਸਾਰਾ, ਇਹਦੇ ਬਾਰੇ ਕੁਝ ਨਾ ਕੁਝ ਸੋਚੋ। ਸੋ ਆਹ ਹਾਲਾਤ ਤੁਸੀਂ ਵੇਖ ਸਕਦੇ ਜੇ ਸਵੇਰੇ ਸਵੇਰ ਦਾ ਟਾਈਮ ਆ 7:30 ਵਜੇ ਦਾ, 7 ਵਜੇ ਦਾ ਜੰਡਿਆਲਾ ਗੁਰੂ ਦੇ ਹਾਲਾਤ ਵੇਖ ਲਓ ਇੱਥੇ ਨਸ਼ੇੜੀਆਂ ਦੇ ਅਤੇ ਅਮਲੀਆਂ ਦੇ। ਆ ਸਵੇਰੇ ਸਵੇਰ ਜੋਤੀ ਸਰ ਕਲੋਨੀ ਦੇ ਵਿੱਚ ਲੋਕਾਂ ਨੇ ਹਿੰਮਤ ਕਰਕੇ ਤਗੜੇ ਹੋ ਕੇ ਇਹਨੂੰ ਫੜਿਆ ਵਾ, ਆ ਤਾਰਾਂ ਵੱਢ ਕੇ ਲੈ ਗਿਆ ਵਾ ਜਰਨੇਟਰ ਦੀਆਂ। ਇਹ ਤੁਹਾਨੂੰ ਦੱਸ ਦਿੰਦੇ ਹਾਂ ਵੀ ਤਾਰਾਂ ਵਾ ਜਰਨੇਟਰ ਦੀਆਂ, ਇਹ ਪਤਾ ਨਹੀਂ ਵੀ ਹੁਣ ਕਿਸੇ ਹਸਪੀਟਲ ਦੇ ਬਾਹਰ ਜਰਨੇਟਰ ਤੋਂ ਵੱਢ ਕੇ ਲਿਆਇਆ ਵਾ, ਅਤੇ ਨਾਲ ਆ ਸਰੀਆ ਅਤੇ ਪੈਪ। ਆ ਸਰੀਆ ਲਗਭਗ ਮੇਰੇ ਹਿਸਾਬ ਨਾਲ 20 ਫੁੱਟ ਤੋਂ ਉੱਤੇ ਹੋਣਾ, ਨਾਲ ਪੈਪ ਆ, ਔਰ ਇੱਕ ਇਹਦੀ ਜੇਬ ਦੇ ਵਿੱਚੋਂ ਨਿਕਲਿਆ ਵਾ ਪਰਸ, ਉਹਦੇ ਵਿੱਚ ਆਧਾਰ ਕਾਰਡ ਆ, ਆ 2 ਆਧਾਰ ਕਾਰਡ ਆ, ਇਹ ਵੀ ਇਹਦੇ ਨਹੀਂ ਗੇ, ਇਹ ਵੀ ਕਿਸੇ ਦੇ ਹੀ ਆ, ਇਹ ਵੀ ਕਿਸੇ ਦਾ ਪਰਸ ਇਹਨੇ ਚੋਰੀ ਕੀਤਾ ਵਾ, ਇਹ ਆਧਾਰ ਕਾਰਡ ਆ। ਸੋ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਅਤੇ ਨਾਲ ਦੀ ਨਾਲ ਹੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਵਾ ਕੋਈ ਜਿਹਦਾ ਆਧਾਰ ਕਾਰਡ ਆ, ਇਹ ਪਰਸ ਵੀ ਇਹਨੇ ਕਿਸੇ ਦਾ ਮਾਰਿਆ ਵਾ। ਸੋ ਬੇਨਤੀ ਕਰਦੇ ਹਾਂ ਅਸੀਂ ਪ੍ਰਸ਼ਾਸਨ ਦੇ ਅੱਗੇ ਅਤੇ ਸਰਕਾਰ ਦੇ ਅੱਗੇ ਵੀ ਇਹ ਲੋਕਾਂ ਦੀਆਂ ਨੀਂਦਾਂ ਜਿਹੜੀਆਂ ਵਾ ਇਹ ਕਿਉਂ ਡਾਈਆਂ ਨੇ, ਲੋਕਾਂ ਦੇ ਕੋਲੋਂ ਕਿਹੜਾ ਇਹ ਕਸੂਰ ਹੋ ਗਿਆ ਵਾ ਜਿਹੜਾ ਇਹ ਆਏ ਦਿਨ ਹੀ ਇੱਥੇ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਣ ਡਈਆਂ ਵਾ। ਇਹ ਜੋਤੀ ਸਰ ਕਲੋਨੀ ਦਾ ਵਾ ਇਹ ਹਾਲ ਜਿਹੜਾ ਵਾ।
ਅਤੇ ਹੈ ਇਹ ਸਾਰੇ ਅਮਲੀ ਅਤੇ ਨਸ਼ੇੜੀ ਆ। ਚੰਗਾ ਭਲਾ ਬੰਦਾ ਜਿਹੜਾ ਵਾ ਉਹ ਤਾਂ ਆਪਣੀ ਕਿਰਤ ਕਰਦਾ, ਕਮਾਈ ਕਰਦਾ ਅਤੇ ਰੋਜ਼ੀ ਰੋਟੀ ਖਾਂਦਾ ਵਾ। ਇਹਨਾਂ ਨੇ ਮੂੰਹ ਤਾਂ ਕਰੋ ਬੂਥਾ, ਮੈਂ ਆਉਣ ਲੱਗੀ ਮਗਰੋਂ। ਸੋ ਇਹ ਨਸ਼ੇੜੀਆਂ ਦਾ ਵੇਖੋ ਜੇ ਨਸ਼ਾ ਵਾ, ਅਤੇ ਨਸ਼ੇ ਦੇ ਨਾਲ ਹੀ ਇਹ ਲੁੱਟਾਂ ਖੋਹਾਂ ਅਤੇ ਵਾਰਦਾਤਾਂ ਵਾ, ਅਤੇ ਲੋਕਾਂ ਦੀ ਜਾਨ ਨੂੰ ਜਿਹੜਾ ਵਾ ਇਹ ਖਤਰਾ ਬਣਿਆ ਵਾ। ਇਸ ਵੇਲੇ ਪੰਜਾਬ ਦੇ ਜਿਹੜੇ ਆ ਇਹ ਹਾਲਾਤ ਨੇ, ਆ ਬਦਲਾਅ ਆ, ਆ ਨਾ ਪ੍ਰਸ਼ਾਸਨ ਕਿਸੇ ਜੋਗਾ ਵਾ ਅਤੇ ਨਾ ਹੀ ਸਰਕਾਰ, ਇਹ ਸੁੱਤੇ ਨੇ ਦੋਵੇਂ ਹੀ। ਸੋ ਇਸ ਵੇਲੇ ਇਹਨੂੰ ਲੱਗੇ ਆ ਜੀ ਥਾਣੇ ਫੜਾਉਣ। ਬਾਕੀ ਬੇਨਤੀ ਕਰਦੇ ਵਾਰ ਵਾਰ ਪ੍ਰਸ਼ਾਸਨ ਅੱਗੇ ਅਤੇ ਸਰਕਾਰ ਅੱਗੇ ਕਿ ਜੰਡਿਆਲਾ ਅਤੇ ਨਾਲ ਦੀ ਨਾਲ ਜੰਡਿਆਲੇ ਦੇ ਜਿਹੜਾ ਪੰਜਾਬ ਆ ਸਾਰਾ, ਇਹਦੇ ਬਾਰੇ ਕੁਝ ਨਾ ਕੁਝ ਸੋਚੋ।